ਦੇਵ ਸਾਹਿਬ ਨੇ ਇਨਕੁਆਇਰੀ ਕੀਤੀ ਹੈ ਮੇਰੀ, ਮੌਕੇ ਤੇ ਤ੍ਰੈ ਬੰਦੇ ਕੋਰਟ ਮੌਜੂਦ ਹਨ, ਪਹਿਲੀ ਹੋਈ ਥੀ 22 ਕੋ ਡਿਪਟੀ ਸਾਹਿਬ ਨੇ ਆਰਡਰ ਕੀਤਾ ਅਰੈਸਟ ਕਰ ਦਿਓ, ਹਵਾਲਾਤ ਚ ਕਰ ਦਿਓ, ਐਫ ਆਈ ਆਰ ਦਿਓ ਜੀ। ਐਫ ਆਈ ਆਰ ਦੂਸਰੇ ਦਿਨ ਸ਼ਾਮ ਨੂੰ ਦਿੱਤੀ, ਨਾ ਬੰਦੇ ਹਵਾਲਾਤ ਚ ਦੇ ਦਿੱਤੇ ਨਾ। ਦੂਸਰੇ ਦਿਨ ਐਫ ਆਈ ਆਰ ਦਾ ਟਾਈਮ ਜਨਾਬ ਵੇਖ ਲਓ, ਦੋ ਬੰਦੇ ਅੰਦਰ ਹੀ ਰੱਖੇ ਨੇ, ਅਹਿਮਦ ਬਖਸ਼ ਜੰਦਾਰਾ ਹੈ ਉਹਦੇ ਸਾਹਮਣੇ, ਇੱਕ ਬੰਦਾ ਮੇਰੀ ਮੌਜੂਦਗੀ ਵਿੱਚ ਜਿਹੜਾ ਮੇਨ ਸਰਗਨਾ ਹੈ, ਐਸ ਐਚ ਓ ਸਾਹਿਬ ਬੰਦਾ ਕੱਢ ਕੇ ਦੇ ਦਿੱਤਾ। ਅੱਛਾ, ਉਹ ਜੋ ਕੱਲ ਜੋ ਪਿਛਲੇ ਦਿਨ ਗ੍ਰਿਫਤਾਰ ਹੋਏ, ਹਾਂਜੀ, ਜਿਹੜੀ ਇਨਕੁਆਇਰੀ ਚ ਕੀ ਨਾਮ ਸੀ ਉਸ ਬੰਦੇ ਦਾ? ਇਕਬਾਲ। ਅੱਛਾ, ਕਿਉਂ ਛੱਡ ਦਿੱਤਾ ਜੀ ਇਕਬਾਲ? ਪਿਛਲੇ ਕਮਰੇ ਚ ਬਹਿ ਕੇ ਬੈਠ ਉੱਤੇ ਮੈਂ ਕੁਰਾਨ ਤਿਆਰ ਕਰਨਾ, 90,000 ਰੁਪਇਆ, 50,000 ਰੁਪਇਆ, 5,000 ਵਾਲਾ ਦਿੱਤਾ, 4,000 ਰੁਪਇਆ, 4,000 ਵਾਲੇ ਨੂੰ ਬਕਾਇਆ, 5,500 ਵਾਲਾ, 90,000 ਕੱਢ ਕੇ ਮੈਂ ਐਸ ਐਚ ਓ ਨੂੰ ਦਿੱਤਾ, 20,000 ਰੁਪਇਆ ਦਿਲਦਾਰ ਸਾਹਿਬ ਸ਼ਾਹ ਸਾਹਿਬ ਮੇਰੇ ਕੋਲ ਲਿਆ ਰਾਤੀ, 5,000 ਵਾਲੇ ਨੋਟ ਨਾਲ ਹੀ ਮੇਰੀ ਜਿਹੜੀ 506 ਦਫ਼ਾ ਬਣਦੀ ਆਈ, ਕੋਈ ਇਨਕੁਆਇਰੀ ਨਹੀਂ, ਕੋਈ ਕੁਝ ਨਹੀਂ, ਮੇਰੀ ਦਫ਼ਾ ਤਰੋੜ ਕੇ ਪਰਾਂ ਕਰਕੇ ਸਵੇਰੇ ਮੁਲਕ ਤੋਂ ਆਜ਼ਾਦ ਕਰ ਦਿੱਤਾ। ਕਾਲ ਪਾਰਟੀਜ਼ ਐਸ ਐਚ ਓ ਆਈ ਓ ਆਫਿਸ ਟੁਮਾਰੋ ਜੀ, ਇਹ ਪੈਸੇ ਨਾ ਸਾਬਤ ਹੋਣ ਮੇਰੇ ਤੇ ਮੇਰੇ ਜਨਾਬ ਪਰਚਾ ਦੇ ਦਿਓ, ਠੀਕ ਹੈ? ਮੈਂ ਆਫਿਸ ਮੇਂ ਇਸਕੋ ਦੇਖੂੰਗਾ ਡਿਟੇਲ ਮੇਂ, ਕੱਲ ਆਪਕੋ ਪਤਾ ਲੱਗ ਜਾਏਗਾ, ਠੀਕ ਜੀ? ਮੈਂ ਜਨਾਬ ਕੋਲ 2-3 ਵਾਰੀ ਗਿਆ, ਮੈਂ ਪੇਸ਼ ਹੋਣ ਦਾ ਟਾਈਮ ਨਹੀਂ ਲੱਗਾ ਜਨਾਬ, ਮੈਂ 2 ਦਿਨ ਤੋਂ ਬੈਠਾ ਹੂੰ ਜੀ ਸਰ ਉੱਥੇ, ਮੈਂ ਕੱਲ ਵੀ ਡੀਪੀਓ ਦਫ਼ਤਰ ਜਨਾਬ ਬੋਲ ਰਿਹਾ।